सर वो आइडियाज देखने से आई सी किन्ने बड़े ज़्यादा खोलियो लोग है ना मेरा फोन चार्ज नहीं करता सर जिदा मर्जी करे जिन्ने मर्जी पढ़ लिख लिए पर ऐसी गल बात फिर हाँ उंगला तो आ गया सर आजादी दिवस दिता मैं नंबर है सर नाम नहीं लिखा उन्हें जेकर अज अंग्रेज वीजे खोल देन इत्थे आजादी मनाउण वाला कोई नहीं लभना खबर न्यूज आई लोगों ने जगह जगह झंडे चढ़ाए लेकिन हाल तक क्योंकि वीजे लगने बहुत औखे आ क्योंकि पैसा बहुत लगता है ना रिस्ट्रिक्शन बहुत रिजेक्शन बहुत आने बहुत बहुत चीजा ने पर जे कि मतलब सब कुछ सौखा हो जाए पैसे भी घट लगन रिजेक्शन भी कोई ना हो हाँ ईजी हो जाए तो जनता सारी बाहर चल जूगी तो फिर इतनी आजादी कौन बनाऊंगा इंडिया दे विच इहदा मतलब यह आ गया कि आजादी मनान नहीं वो गुलाम बनन जा रहे ने हाँ एक्चुअल मतलब तो उही है अंग्रेजा नु असी भजाया सीगा ते अंग्रेजा को असी फिर चल जांदे 40 लाख खर्च के बिलकुल सर 40 लाख खर्च के जमीना वेच के जमीना वेच के अच्छा मैं एक गल दसो ਅਸੀਂ ਅੰਗਰੇਜ਼ ਭਜਾਏ ਸੀ ਕਿਉਂ ਭਜਾਏ ਸੀ ਤਾਂ ਕਿ ਸਾਨੂੰ ਸਾਡਾ ਦੇਸ਼ ਸਾਡੇ ਕੋਲ ਰਵੇ ਹਾਂ ਅਸੀਂ ਆਪਣੀ ਮਰਜ਼ੀ ਨਾਲ ਕੰਮ ਕਰ ਸਕੀਏ ਅੰਗਰੇਜ਼ਾਂ ਦੀ ਗੁਲਾਮੀ ਹੋਣੇ ਚਾਹੀਦੇ ਹਾਂ ਆਪਣੇ ਹੱਕ ਹੋਣੇ ਚਾਹੀਦੇ ਓਬਵੀਅਸਲੀ ਠੀਕ ਹੈ ਆਪਣੇ ਰਾਈਟ ਹੋਣੇ ਚਾਹੀਦੇ ਸਾਰਾ ਕੁਝ ਅਸੀਂ ਗੁਲਾਮੀ ਕਰਦੇ ਸੀ ਨਾ ਕਰੀਏ ਹਾਂ ਹੁਣ ਮੈਨੂੰ ਗੱਲ ਦੱਸੋ ਜਦੋਂ ਆਪਣੇ ਮੁੰਡੇ ਬਾਹਰ ਜਾ ਕੇ ਗੋਰਿਆਂ ਦੇ ਥੱਲੇ ਕੰਮ ਕਰ ਰਹੇ ਨੇ ਹਾਂ ਤਾਂ ਬੜੇ ਖੁਸ਼ ਨੇ ਖੁਸ਼ ਹੈ ਸਰ ਠੀਕ ਹੈ ਤੇ ਉਹ ਜਿਹੜਾ ਟਾਈਮ ਆਪਾਂ ਪਹਿਲੇ ਵੀ ਕਵਰ ਕੀਤਾ ਸੀ ਹਾਂ ਗੋਰਿਆਂ ਵਾਲਾ ਟਾਈਮ ਜ਼ਿਆਦਾ ਵਧੀਆ ਨਹੀਂ ਸੀ ਸ਼ਾਇਦ ਇਹਦਾ ਸਰ ਮੈਨੂੰ ਜੋ ਲੱਗਦਾ ਜੋ ਇੱਕ ਮੇਨ ਜੋ ਮੁੱਦਾ ਹੈਗਾ ਕਿ ਇੱਕ ਦਾ 100 ਬਣਦਾ ਜਾਂ ਕਹਿ ਲਓ ਕਿ ਇੱਕ ਦੇ 80 ਬਣਦੇ ਹਨਾ ਇਹ ਫਰਕ ਇੱਕ ਹੈਗਾ ਵਾ ਕਿ ਉੱਥੇ ਰਹਿ ਕੇ ਇੱਥੇ ਰੱਸੀ ਮੈਂ ਤੁਹਾਨੂੰ ਦੱਸਾਂ ਗੱਲ ਇਹ ਕਿ ਜੇ ਅੱਜ ਆਪਾਂ ਇੱਥੇ ਓਪਨਲੀ ਕਹਿ ਦਈਏ ਨਾ ਕਿ ਬਾਹਰ ਜਾਣਾ ਸੌਖਾ ਹੋ ਗਿਆ ਜਿਹੜਾ ਮਰਜ਼ੀ ਜਾ ਸਕਦਾ ਜਿਵੇਂ ਆਧਾਰ ਕਾਰਡ ਦੇ ਬਾਹਰ ਚਲ ਜਾਓ ਫਿਰ ਸਾਰੇ ਚਲ ਜਾਣਗੇ ਸਾਰੇ ਚਲ ਜਾਣਗੇ ਉਹਦਾ ਰੀਜ਼ਨ ਹੈਗਾ ਕੀ ਕੁਝ ਕੁ ਪੁਆਇੰਟ ਮੈਂ ਦੱਸਦਾ ਕੁਝ ਆਪੇ ਬੋਲਿਓ ਠੀਕ ਹੈ ਇਹ ਵੀ ਦੇਖ ਲਾਂਗੇ ਅੱਜ ਦੇਖਦੇ ਹਾਂ ਕਿ ਅਭੀ ਕੇਸਰ ਕਿੰਨੇ ਕੁ ਦਿਮਾਗ ਦੇ ਘੋੜੇ ਦੌੜਾ ਸਕਦਾ ਠੀਕ ਹੈ ਅੱਜ ਹੀ ਬੇਰੋਜ਼ਗਾਰੀ ਹਾਂ ਇਹ ਮੇਰਾ ਵੀ ਸੀਗਾ ਸਰ ਤੁਸੀਂ ਬੋਲਤਾ ਚਲੋ ਹਾਂ ਠੀਕ ਹੈ ਫਿਰ ਦੂਸਰੀ ਗੱਲ ਇੱਕ ਦੇ 100 ਬੰਦੇ ਜਾਂ ਇੱਕ ਦੇ 80 ਬੰਦੇ ਹਾਂ ਓਬਵੀਅਸਲੀ ਠੀਕ ਹੈ ਫਿਰ ਇੱਥੇ ਅਸੀਂ ਸਾਰੀ ਉਮਰ ਸੋਚਦੇ ਹਾਂ ਗੱਡੀ ਹੋਊਗੀ ਹਾਂ ਉੱਥੇ ਸਟੂਡੈਂਟ ਜਾਂਦੇ ਹੀ ਦੂਜੇ ਮਹੀਨੇ ਗੱਡੀ ਕਢਾ ਲੈਂਦਾ ਹੁਣ ਮੈਂ ਸਰ ਫਿਰ ਤੁਸੀਂ ਮੇਰੇ ਵਾਲੇ ਬੋਲ ਦੇਣੇ ਹਾਂ ਚਲੋ ਬੋਲੋ ਬੋਲੋ ਹੁਣ ਲੋਕਾਂ ਦਾ ਇਹ ਬੋਲ ਸਕਦਾ ਕਿ ਉੱਥੇ ਬੱਚਿਆਂ ਦਾ ਫਿਊਚਰ ਹੈਗਾ ਹਨਾ ਵੀ ਜਦੋਂ ਨਿਊ ਬੇਬੀ ਬੋਰਨ ਹੁੰਦਾ ਤਾਂ ਸਰਕਾਰ ਪਹਿਲਾਂ ਦੇਖ ਲੈਂਦੀ ਕਿ ਹਾਂਜੀ ਇਸ ਬੱਚੇ ਦੀ ਪੜ੍ਹਾਈ ਹੋਣੀ ਆ ਉੱਥੇ ਇੰਨਾ ਖਰਚਾ ਹੋਣਾ ਵਾ ਉਸ ਤਰੀਕੇ ਨਾਲ ਜਿਹੜਾ ਉਹ ਪੈਕੇਜ ਬਣ ਜਾਂਦਾ ਮਤਲਬ ਕਿ ਸਰਕਾਰ ਵੱਲੋਂ ਤੁਹਾਨੂੰ ਸਹੂਲਤਾਂ ਮਿਲ ਜਾਂਦੀਆਂ ਬਿਲਕੁਲ ਇਹ ਹੋ ਗਿਆ ਫਿਰ ਹੋਰ ਤੁਸੀਂ ਲਾ ਲਓ ਹੋਰ ਬਹੁਤ ਸਾਰੀ ਬੇਰੋਜ਼ਗਾਰੀ ਹਾਂ ਮੈਡੀਕਲ ਫੈਸਿਲਿਟੀ ਉਹੀ ਹੋ ਗਿਆ ਨਾ ਘਰ ਬਣਿਆ ਬਣਾਇਆ ਮਿਲ ਜਾਂਦਾ ਇੱਥੇ ਲੋਕਾਂ ਕੋਲ ਹੁਣ ਜੋ ਇੱਕ ਮੁਹਿੰਮ ਚਲਾਈ ਗਈ ਸੀਗੀ ਪ੍ਰਧਾਨ ਮੰਤਰੀ ਵੱਲੋਂ ਕਿ ਹਰ ਘਰ ਤਿਰੰਗਾ ਹੁਣ ਬਹੁਤਿਆਂ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪਾਇਆ ਕਿ ਤਿਰੰਗਾ ਸਾਡੇ ਕੋਲ ਹੈਗਾ ਪਰ ਸਾਡੇ ਕੋਲ ਘਰ ਨਹੀਂ ਹੈਗਾ ਤਿਰੰਗਾ ਲਾਈਏ ਕਿੱਥੇ ਕਿਸੇ ਨੇ ਇਹ ਵੀ ਪਾਈ ਹੋਈ ਸੀ ਤੁਸੀਂ ਹਰ ਘਰ ਤਿਰੰਗਾ 'ਤੇ ਲਗਾ ਲਓਗੇ ਬਟ ਅਗਲੇ ਦਿਨ ਜਿਹੜੇ ਜੇ ਕੋਈ ਤਿਰੰਗਾ ਥੱਲੇ ਗਿਰ ਗਿਆ ਜਾਂ ਕਿਸੇ ਨੇ ਉਹਦੀ ਬੇਅਦਬੀ ਕਰਤੀ ਉਹ ਕਿੱਦਾਂ ਸੰਭੋਗੇ ਹਾਂ ਅੱਛਾ ਉਹਦੀ ਬੇਅਦਬੀ ਦਾ ਕੋਈ ਵੀ ਇੱਥੇ ਨਾ ਤੁਹਾਨੂੰ ਮੈਂ ਦੱਸਦਾ ਜੇ ਮੰਨ ਲਓ ਝੰਡੇ ਦੀ ਬੇਅਦਬੀ ਹੁੰਦੀ ਹੈ ਨਾ ਇੰਡੀਅਨ ਝੰਡੇ ਦੀ ਤਿਰੰਗੇ ਦੀ ਬੇਅਦਬੀ ਹੁੰਦੀ ਉੱਥੇ ਕੋਈ ਰੋਸ ਪ੍ਰਦਰਸ਼ਨ ਨਹੀਂ ਆ ਕੋਈ ਲੜਾਈ ਝਗੜਾ ਨਹੀਂ ਆ ਲੇਕਿਨ ਕਿਸੇ ਅਗਰ ਧਰਮ ਦੀ ਅਸੀਂ ਬੇਅਦਬੀ ਕਰ ਲਈਏ ਉਹ ਸਰ ਦੇਖੋ ਆਪਾਂ ਦੇਖਦੇ ਹਾਂ ਅਸੀਂ ਲੋਕ ਕਿਵੇਂ ਭੜਕਦੇ ਹਾਂ ਠੀਕ ਹੈ ਹੁਣ ਇਹਦੇ 'ਚ ਇੱਕ ਹੋਰ ਸਭ ਤੋਂ ਵੱਡਾ ਪੁਆਇੰਟ ਹੈਗਾ ਠੀਕ ਹੈ ਆਪਾਂ ਕਹਿੰਦੇ ਬੇਰੋਜ਼ਗਾਰੀ ਠੀਕ ਹੈ ਹਰ ਘਰ ਰੁਜ਼ਗਾਰ ਹੋਣਾ ਚਾਹੀਦਾ ਸੀ ਹਾਂ ਪਰ ਇੱਥੇ ਉਲਟਾ ਆ ਹਰ ਘਰ ਬੇਰੋਜ਼ਗਾਰੀ ਹਰ ਘਰ ਬੇਰੋਜ਼ਗਾਰ ਠੀਕ ਹੈ ਹਾਂ ਹੁਣ ਤੇ ਇੰਨੇ ਕੁ ਟੈਕਸ ਲੱਗ ਰਹੇ ਨੇ ਠੀਕ ਹੈ ਹੁਣ ਦੁੱਧ ਤੇ ਟੈਕਸ ਹੈ ਦੁੱਧ ਕਿਸੇ ਨੇ ਇੱਕ ਹੋਰ ਪਾਇਆ ਹੋਇਆ ਸੀ ਦੁੱਧ ਤੇ ਟੈਕਸ ਪਾ ਕੇ ਜਿਹੜੀ ਪੰਜਾਬ ਦੀਆਂ ਗਾਵਾਂ ਨੇ ਠੀਕ ਹੈ ਉਹਨਾਂ ਨੂੰ ਬਿਮਾਰੀ ਹੋ ਗਈ ਹੈ ਟੈਕਸ ਦਾ ਨਾਮ ਸੁਣ ਕੇ ਉਹ ਕੀ ਕਹਿੰਦੇ ਨਮੋਸ਼ ਹੋ ਗਈਆਂ ਨੇ ਇਸ ਕਰਕੇ ਉਹ ਦੁੱਧ ਵੀ ਹੁਣ ਉਹੋ ਜਿਹਾ ਹੈਗਾ ਕਿ ਤੁਸੀਂ ਪੀ ਨਹੀਂ ਸਕਦੇ ਪੀ ਨਹੀਂ ਸਕਦੇ ਨਾ ਇੱਕ ਕਿਸੇ ਨੇ ਇਹ ਵੀ ਸੋਸ਼ਲ ਮੀਡੀਆ 'ਤੇ ਪਾਇਆ ਸੀ ਠੀਕ ਹੈ ਫਿਰ ਇੱਕ ਹੋਰ ਬੜੀ ਵੱਡੀ ਇੰਪੋਰਟੈਂਟ ਚੀਜ਼ ਹੈਗੀ ਹੈ ਸਕਿਉਰਿਟੀ ਸੋਸ਼ਲ ਸਕਿਉਰਿਟੀ ਇੱਥੇ ਸੋਸ਼ਲ ਸਕਿਉਰਿਟੀ ਨਹੀਂ ਗੀ
ਪੋਲਿਸੀਆਂ ਫਿਰ ਆ ਜਾਂਦੀਆਂ, ਪੋਲਿਸੀਆਂ ਸਰਕਾਰ ਇੰਪਲੀਮੈਂਟ ਕਰੇ, ਠੀਕ ਹੈ, ਪੁਲਿਸ ਸਿਸਟਮ ਨੂੰ ਸਹੀ ਕਰੇ, ਠੀਕ ਹੈ, ਇਹ ਨਾ ਹੋਵੇ ਕਿ ਹਾਂ ਵੀ ਕਿਸੇ ਨੂੰ ਫੜਿਆ ਥਾਣੇ ਲੈ ਕੇ ਜਾਣ ਨੂੰ, ਹਾਂਜੀ ਰੁਕ ਜਾਓ ਜੀ ਮੰਤਰੀ ਜੀ ਨਾਲ ਗੱਲ ਕਰ ਲਓ, ਮੈਂ ਉਹਨਾਂ ਦਾ ਖਾਸ ਬੰਦਾ। ਉਹ ਤਾਂ ਹੈ। ਇੱਕ ਫਿਲਮ ਬਣੀ ਸੀ ਬਿਗ ਬ੍ਰਦਰ, ਹਾਂਜੀ ਬਿਗ ਬ੍ਰਦਰ, ਹਾਂ ਸਨੀ ਦਿਓਲ ਜੀ ਦੀ, ਠੀਕ ਹੈ, ਦੇਖੀ ਹੈ। ਉਹਦੇ ਵਿੱਚ ਉਹਨਾਂ ਨੇ ਪਾਇਆ ਸੀਗਾ ਕਿ ਹਾਂ ਜਦੋਂ ਕੁੜੀਆਂ ਦੇ ਰੇਪ ਹੁੰਦੇ ਆ ਜਾਂ ਜਿਹਨੂੰ ਇਨਸਾਫ਼ ਨਹੀਂ ਮਿਲਦਾ, ਅਤੇ ਉਹ ਸਰਕਾਰ ਦੇ ਉਲਟ ਹੋ ਕੇ ਚੱਲਦਾ ਸੀ, ਠੀਕ ਹੈ, ਉਹਨਾਂ ਨੂੰ ਟੈਰੋਰਿਸਟ ਹੀ ਗਿਆ ਦੁਬਾਰਾ। ਅੱਜ ਆਪਾਂ ਪੰਜਾਬੀਆਂ ਨੂੰ ਜਾਂ ਸਿੱਖਾਂ ਨੂੰ ਆਪਾਂ ਟੈਰਰਿਸਟ ਜ਼ਿਆਦਾਤਰ ਸੁਣਦੇ ਹਾਂ, ਟੈਰਰਿਸਟ ਟੈਰਰਿਸਟ, ਠੀਕ ਹੈ, ਕਿਸਾਨ ਅੰਦੋਲਨ ਟੈਰਰਿਸਟ, ਜਿੰਨੇ ਆਵਾਜ਼ ਚੁੱਕ ਲਈ ਉਹ ਟੈਰਰਿਸਟ ਹੋ ਗਿਆ, ਜਿੰਨੇ ਆਵਾਜ਼ ਚੁੱਕ ਲਈ ਉਹ ਟੈਰਰਿਸਟ ਹੋ ਗਿਆ, ਜਿਹੜਾ ਮੰਨ ਗਿਆ ਉਹ ਦੱਬ ਗਿਆ, ਤੇ ਉਹ ਗੁਲਾਮੀ ਹੋਈ ਹੋਈ, ਤੇ ਬਾਹਰ ਜਾ ਕੇ ਉਹ ਗੁਲਾਮੀ ਜ਼ਿਆਦਾ ਚੰਗੀ ਨਹੀਂ, ਤੇ ਫਿਰ ਉਹਨਾਂ ਨੂੰ ਹੱਕ ਮਿਲਦੇ ਆ, ਆਪਣਾ ਘਰ ਰੱਖੋ, ਰਾਈਟ ਟੂ ਵੋਟ, ਜੋ ਮਰਜ਼ੀ ਖਰੀਦੋ, ਜਿੰਨਾ ਮਰਜ਼ੀ ਟੈਕਸ ਭਰੋ, ਠੀਕ ਹੈ, ਜਿੱਥੇ ਮਰਜ਼ੀ ਆਓ, ਜਿੱਦਾਂ ਮਰਜ਼ੀ ਜਾਓ, ਜੋ ਮਰਜ਼ੀ ਖਾਓ, ਜੋ ਮਰਜ਼ੀ ਪੀਓ। ਇੱਥੇ ਆ ਕੇ ਰਿਸ਼ਤੇਦਾਰ ਟੋਲ ਵੱਖਰੀ, ਮੁੰਡਾ ਬਾਹਰੋਂ ਆਇਆ, ਇੱਕ ਤੇ ਅਸੀਂ ਬਣਾ ਗਿਆ ਹੈ ਨਾ, ਠੀਕ ਹੈ, ਇਹ ਚੀਜ਼ ਹੈਗੀ ਹੈ, ਅਤੇ ਇਸੇ ਕਰਕੇ ਤਾਂ ਉਹਨੇ ਸਿੱਲੀ ਆਈਡੀ 'ਚ ਪਾਇਆ ਕਿ ਜੇ ਅੱਜ ਬਾਹਰ ਜਾਣਾ ਸੌਖਾ ਹੋ ਜਾਵੇ ਆਜ਼ਾਦੀ ਮਨਾਉਣ ਨੂੰ, ਤੁਹਾਨੂੰ ਬੰਦੇ ਨਹੀਂ ਲੱਭਣੇ। ਬਿਲਕੁਲ ਬਿਲਕੁਲ, ਮੈਂ ਪਹਿਲੇ ਸੋਚਦਾ ਪਿਆ ਸੀ ਸਿਰਫ ਪੰਜਾਬ 'ਚ, ਨਹੀਂ ਸਰ, ਆਲ ਓਵਰ ਇੰਡੀਆ, ਪੰਜਾਬ ਤੋਂ ਬਾਅਦ ਦੂਜਾ ਨੰਬਰ ਜਾਂਦਾ ਹਰਿਆਣਾ ਦਾ, ਹਾਂ, ਹਰਿਆਣੇ ਤੋਂ ਬਾਅਦ ਸਭ ਤੋਂ ਵੱਡਾ ਨੰਬਰ ਸਾਊਥ ਦਾ ਵੀ ਹੈਗਾ ਸਰ, ਸਾਊਥ ਦਾ ਜਾਂਦਾ, ਹੈਦਰਾਬਾਦ, ਤੇਲੰਗਾਨਾ, ਠੀਕ ਹੈ, ਫਿਰ ਤੁਹਾਡਾ ਤਮਿਲਨਾਡੂ, ਇੰਨਾ ਤੇ ਕੇਰਲਾ, ਇੰਨਾ ਚ ਬੜਾ ਕਰੇਜ਼ ਆ ਬਾਹਰ ਜਾਣ ਦਾ, ਸਾਊਥ ਦਾ ਬਹੁਤ ਆ ਇਹ, ਮਤਲਬ ਕਿ ਐਵੇਂ ਪੰਜਾਬੀਆਂ ਨੂੰ ਜ਼ਿਆਦਾ ਕਹਿ ਲਓ ਕਿ ਹਾਈਲਾਈਟ ਹੋਏ ਪਏ ਆ, ਹਾਈਲਾਈਟ ਹੋਏ ਪਏ, ਹਾਈਲਾਈਟ ਹੋਵੇ ਪੰਜਾਬੀ, ਪੰਜਾਬੀ ਚਲੋ ਵੈਸੇ ਵੀ ਹਾਈਲਾਈਟ ਹੋਏ ਨੇ ਜਿੱਥੇ ਵੀ ਜਾਣ, ਹਰ ਥਾਂ ਤੇ ਹਾਈਲਾਈਟ, ਹਾਂ ਪੰਜਾਬੀ ਹਰ ਜਗ੍ਹਾ ਹਾਈਲਾਈਟ ਵੈਸੇ ਹੋ ਜਾਂਦੇ, ਲੇਕਿਨ ਸਾਊਥ ਦੇ ਵਿੱਚ ਵੀ ਬਹੁਤ ਜ਼ਿਆਦਾ ਕਰੇਜ਼ ਆ ਸਰ ਇਹਦਾ। ਦੇਖੋ ਦੁਬਈ ਸਾਊਥ ਇੰਡੀਅਨਸ ਨਾਲ ਭਰਿਆ ਆ, ਠੀਕ ਹੈ, ਮਲੇਸ਼ੀਆ ਸਾਊਥ ਇੰਡੀਅਨਸ ਨਾਲ ਭਰਿਆ ਆ, ਠੀਕ ਹੈ, ਹਾਂ ਕੈਨੇਡਾ ਅਮੈਰੀਕਾ ਦੇ ਵਿੱਚ ਸਾਊਥ ਇੰਡੀਅਨ ਘੱਟ ਨੇ, ਆਪਾਂ ਨਹੀਂ ਕਹਿੰਦੇ ਨਹੀਂ ਆ, ਘੱਟ ਨੇ, ਬਟ ਫਿਰ ਉਹੀ ਗੱਲ ਆ ਗਈ ਨਾ, ਉਹਨੇ ਕਿਹਾ ਕਿ ਆਜ਼ਾਦੀ ਪੰਜਾਬ ਦੀ ਗੱਲ ਨਹੀਂ ਕੀਤੀ, ਉਹਨੇ ਗੱਲ ਕੀਤੀ ਆ ਪੂਰੇ ਦੇਸ਼ ਦੀ, ਦੇਸ਼ ਦੇਸ਼ ਦੀ ਗੱਲ ਕਿ ਜੇ ਵੀਜ਼ੇ ਸੌਖੇ ਲੱਗਣੇ ਸ਼ੁਰੂ ਹੋ ਜਾਣ ਤੇ ਇੱਥੇ ਆਜ਼ਾਦੀ ਮਨਾਉਣ ਵਾਲਾ ਕੋਈ ਨਹੀਂ, ਇਹਦਾ ਮਤਲਬ ਇਹ ਹੈਗਾ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਅਸੀਂ ਹੁਣ ਜ਼ਿਆਦਾ ਗੁਲਾਮ ਆ, ਜਾਂ ਫਿਰ ਪਹਿਲੇ ਜ਼ਿਆਦਾ ਆਜ਼ਾਦ ਸੀ, ਹਾਂ, ਤੇ ਉਹੀ ਗੁਲਾਮੀ ਅਸੀਂ ਆਜ਼ਾਦੀ ਸਮਝ ਕੇ ਬਾਹਰ ਜਾ ਰਹੇ, ਪਹਿਲਾਂ ਆਪਣੇ ਘਰ 'ਚ ਕਰਦੇ ਸੀਗੇ, ਹੁਣ ਉਹਨਾਂ ਦੇ ਘਰੇ ਜਾ ਕੇ ਕਰਦੇ, ਉਹਨਾਂ ਦੇ ਘਰੇ ਜਾ ਕੇ ਜਾਂਦੇ, ਠੀਕ ਹੈ, ਮਤਲਬ ਬੜਾ ਕੰਪਲੈਕਸ ਜਿਹਾ ਹੈਗਾ ਕਿ ਅਸੀਂ ਹੁਣ ਆਜ਼ਾਦ ਹਾਂ ਕਿ ਅਸੀਂ ਹੁਣ ਗੁਲਾਮ ਹਾਂ, ਹੁਣ ਵਾਲਾ ਸਿਸਟਮ ਜਿਹੜਾ ਹੈਗਾ ਉਹ ਹੋਰ ਕੀ ਕਰਦੇ ਆ ਆਪਾਂ ਕਹਿ ਦਈਏ ਕਿ ਖਰਾਬ ਹੈ, ਹਾਂ, ਹੁਣ ਵਾਲਾ ਜਿਹੜੀ ਸਿਚੁਏਸ਼ਨ ਹੈ ਉਹ ਪਹਿਲੇ ਵਾਲੇ ਨਾਲੋਂ ਜ਼ਿਆਦਾ ਖਰਾਬ ਹੈ, ਪਰ ਇਹ ਡੈਫੀਨੇਟਲੀ ਸਰਕਾਰਾਂ ਨੂੰ ਉਸ ਤਰੀਕੇ ਨਾਲ ਆਪਣਾ ਭਰੋਸਾ ਜਿਤਾਉਣਾ ਪੈਣਾ ਉਹਨਾਂ ਨੂੰ ਜਨਤਾ ਤੇ, ਆਮ ਜਨਤਾ ਦੇ, ਬਟ ਉਹੀ ਹੈ ਸਰਕਾਰਾਂ ਕੰਮ ਕਰਨ ਨਾ, ਠੀਕ ਹੈ, ਜੇ ਤੁਸੀਂ ਇਹ ਕਹਿ ਦਿਓ ਕਿ ਹਰ ਘਰ ਤਿਰੰਗਾ ਤੇ ਸਿਰਫ ਤਿਰੰਗਾ ਹੀ ਲਗਾਉਣਾ ਹੈ ਤੇ ਤੁਹਾਡੇ 'ਚ ਆਪਾਂ ਦੇਸ਼ ਭਗਤ ਬਣ ਗਏ ਹਾਂ, ਤੇ ਸੋਲਜਰ ਨੇ ਉਹ ਦੇਸ਼ ਭਗਤ ਨਹੀਂ, ਠੀਕ ਹੈ, ਆਪਾਂ ਫੋਰਨ ਦੀ ਗੱਲ ਕਰਦੇ ਹਾਂ, ਅਸੀਂ ਮੈਡੀਕਲ ਫੈਸਿਲਿਟੀ, ਫਿਰ ਸੈਕਿੰਡ ਹੈ ਇਜ਼ ਅਨਇੰਪਲੋਇਮੈਂਟ ਦੇ ਉੱਤੇ, ਜੇ ਕੋਈ ਬੰਦਾ ਅਨਇੰਪਲੋਇਡ ਹੈ ਤੇ ਉਹਨੂੰ ਪੈਨਸ਼ਨ ਮਿਲਦੀ ਹੈ, ਸਾਡੇ ਤੇ ਇੱਥੇ ਜਿਹੜੇ ਸਰਕਾਰੀ ਬੰਦੇ ਹੈਗੇ ਨੇ, ਮੁਲਾਜ਼ਮ ਹੈਗੇ ਨੇ, ਉਹਨਾਂ ਦੀ ਪੈਨਸ਼ਨ ਆ ਖਤਰੇ 'ਚ, ਇੱਥੇ ਕਿੰਨੇ ਬੰਦੇ ਕੰਟਰੈਕਟਰ ਨੇ, ਬਿਲਕੁਲ ਬਿਲਕੁਲ ਬਿਲਕੁਲ, ਉਹ ਕੰਟਰੈਕਟ ਤੇ ਹੋ ਗਏ, ਉਹ ਜਿਹਦੇ ਕਰ ਪੱਕੇ ਨਹੀਂ ਹੋਏ, ਨਹੀਂ ਹੋਏ, ਬਹੁਤੇ ਨਹੀਂ ਹੋਏ, ਬਹੁਤੇ ਨਹੀਂ ਹੋਏ, ਮਤਲਬ ਇਹ ਹੋ ਗਿਆ ਕੰਟਰੈਕਟ ਦੇ ਵਿੱਚ ਇੱਕ 10% 20% ਸੈਲਰੀ ਲੈ ਕੇ, ਠੀਕ ਹੈ, ਉਹ ਪਰਿਵਾਰ ਨੂੰ ਕੀ ਪਾਲਣਗੇ, ਤੇ ਨੌਕਰੀ ਛੱਡਣ ਕਿ ਬਾਹਰ ਜਾਣ ਕਿ ਨੌਕਰੀ ਦੀ ਕਰਨ ਕਿ ਨੌਕਰੀ ਦੀ ਵੇਟ ਕਰਨ ਕਿ ਹਾਂਜੀ ਜੀ ਸ਼ਾਇਦ ਅਸੀਂ ਪੱਕੇ ਹੋ ਜਾਵਾਂਗੇ ਤੇ ਸਾਡੀ ਚੰਗੀ ਲਾਈਫ ਹੋ ਜਾਏਗੀ, ਫਿਰ ਆਮ ਬੰਦੇ ਦੀ ਪੈਨਸ਼ਨ ਨਹੀਂ ਹੈਗੀ ਭਾਵੇਂ ਉਹ ਗੌਰਮੈਂਟ ਇੰਪਲੋਈ ਹੈ, ਹਾਂਜੀ, ਹੁਣ ਤੋਂ ਬਲਕਿ ਹੁਣ ਇੱਕ ਈਅਰ ਤੋਂ ਬਾਅਦ ਪਤਾ ਨਹੀਂ 95 ਤੋਂ ਬਾਅਦ ਜਿਹੜੇ ਹੋਏ ਆ 2000 ਤੋਂ ਬਾਅਦ 2000 ਤੋਂ ਬਾਅਦ ਉਹਨਾਂ ਦੀ ਪੈਨਸ਼ਨ ਨਹੀਂ ਲੱਗਦੀ, ਹਾਂ NPS ਹੈ, ਨਿਊ ਪੈਨਸ਼ਨ ਸਕੀਮ ਹੈ, ਉਹ ਵੀ ਜਿੰਨਾ ਤੁਸੀਂ ਆਪਣਾ ਕਟਾਇਆ ਉਹੀ ਉਹੀ ਮਿਲਦਾ, ਹਾਂ ਹਾਂ, ਬਟ ਇੱਕ MLA 5 ਸਾਲ ਹੈ ਨਾ ਉਹਨੂੰ ਇੱਕ ਪੈਨਸ਼ਨ ਕਰਤੀ, ਇਹ ਹੋ ਗਿਆ, ਉਹੀ ਹੈ ਨਾ, ਹੁਣ ਇਹਦੇ 'ਤੇ ਤਾਂ ਹੋਇਆ ਕਿ ਉਹ ਐਜੂਟੇਸ਼ਨ ਬੜੀ ਹੋਈ ਆ,
ਠੀਕ ਹੈ ਹੁਣ ਦੇਖ ਲਓ ਇੱਥੇ ਆਪਣੇ ਇਹਦੇ 'ਚ ਇੱਕ ਹੋਰ ਚੀਜ਼ ਹੈ ਕਿ ਇੱਕ ਗੌਰਮੈਂਟ ਸਰਵਿਸ ਹੈ ਗੌਰਮੈਂਟ ਸਰਵਿਸ ਦੇ ਵਿੱਚ ਮੰਨ ਲਓ ਇੱਕ ਬੰਦਾ ਫੌਜੀ ਹੈ ਫੌਜੀ ਨੂੰ ਆਪਣੀ ਪੈਨਸ਼ਨ ਮਿਲਦੀ ਪਈ ਹੈ ਠੀਕ ਹੈ ਉਹ ਅੱਗੇ ਜਾ ਕੇ ਫਿਰ ਬੈਂਕ 'ਚ ਲੱਗ ਜਾਂਦਾ ਬੈਂਕ 'ਚ ਫਿਰ ਪੈਨਸ਼ਨ ਲੱਗਦੀ ਫਿਰ ਹਾਂ ਦੋ ਹੋ ਜਾਂਦੀ ਉਹ ਪੈਨਸ਼ਨ ਫਿਰ ਉਹ ਪੈਨਸ਼ਨ ਉੱਤੇ ਪੈਨਸ਼ਨ ਹੋ ਗਈ ਨਾ ਆਹ ਚੀਜ਼ ਇਹ ਸਰਕਾਰਾਂ ਨੂੰ ਇਹਦੇ ਉੱਤੇ ਥੋੜ੍ਹਾ ਬਹੁਤ ਸਾਰੇ ਆਰਮੀ ਹੈਗੇ ਨੇ ਆਫੀਸਰ ਜਿਹੜੇ ਆਰਮੀ ਤੋਂ ਬਾਅਦ ਰੇਲਵੇ 'ਚ ਲੱਗ ਗਏ ਬੈਂਕ 'ਚ ਲੱਗ ਗਏ ਉਹਨਾਂ ਨੂੰ ਡਬਲ ਪੈਨਸ਼ਨ ਆ ਗਈ ਹਾਂ ਜਾਂ ਤੇ ਉਹਨਾਂ ਦੀ ਪਹਿਲੀ ਪੈਨਸ਼ਨ ਕੈਨਸਲ ਹੋ ਜਾਣੀ ਚਾਹੀਦੀ ਹੈ ਡਾਟਾ ਦੀ ਦੂਜੀ ਪੈਨਸ਼ਨ ਦਾ ਪਰਸੈਂਟੇਜ ਘੱਟ ਜਾਣੀ ਚਾਹੀਦੀ ਹੈ ਕਿ ਤੁਹਾਡਾ ਸਕੇਲ ਵੱਧ ਹੈ ਤੇ ਤੁਹਾਨੂੰ ਮਤਲਬ ਉਹ 100% ਲੈ ਰਹੇ ਹੋ ਅਗਲੀ ਤੁਸੀਂ 50% ਲੈ ਲਓ ਆਪਾਂ ਤਾਂ ਇਹ ਕਰ ਰਹੇ ਸਰਕਾਰ ਕਹਿੰਦੀ ਸਾਡੇ ਕੋਲ ਪੈਸੇ ਨਹੀਂ ਗਏ ਤੇ ਪੈਸੇ ਆਉਣੇ ਕਿੱਥੋਂ ਆ ਡਿਵੈਲਪਮੈਂਟ ਹੋ ਨਹੀਂ ਰਹੀ ਮਨੀ ਫਲੋ ਚੱਲ ਨਹੀਂ ਰਿਹਾ ਸਰਕਲ ਹੈ ਨਹੀਂ ਨੋਟਬੰਦੀ ਤੋਂ ਬਾਅਦ ਮੇਰੇ ਖਿਆਲ ਦੇ ਵਿੱਚ ਕੋਈ ਬਿਜ਼ਨਸ ਨਹੀਂ ਚੱਲਦਾ ਪਿਆ ਹਾਲ ਹੀ ਸੈਟਅਪ ਹੋਇਆ ਹੀ ਨਹੀਂ ਪ੍ਰੋਪਰ ਸੈਟਅਪ ਹੀ ਨਹੀਂ ਹੋਇਆ ਨਹੀਂ ਹੋਇਆ ਠੀਕ ਹੈ ਉਸ ਤੋਂ ਬਾਅਦ ਕੋਵਿਡ ਨੇ ਰਹਿੰਦਾ ਖੁੰਹਦੇ ਕਸਰ ਪੂਰੀ ਕਰਤੀ ਠੀਕ ਹੈ ਸਭ ਕੁਝ ਇਕੱਠਾ ਆ ਗਿਆ ਸਰ ਸਭ ਕੁਝ ਇਕੱਠਾ ਆ ਗਿਆ ਮੈਂ ਇਹ ਚੀਜ਼ ਕਹਿ ਰਿਹਾ ਕਿ ਅੱਜ ਦੀ ਡੇਟ ਦੇ ਵਿੱਚ ਪ੍ਰੋਡਕਸ਼ਨ ਹਾਊਸ ਦੇਖ ਲਓ ਤੁਸੀਂ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਕੋਲ ਵੀ ਇਸ ਟਾਈਮ ਦੇ ਉੱਤੇ ਕਾਰੀਗਰ ਨਹੀਂ ਗਏ ਜਿਹੜਾ ਕੰਮ ਕਰਕੇ ਰਾਜੀ ਹੈ ਕਿਸਾਨ ਇਹ ਕਹਿ ਰਹੇ ਨੇ ਕਿ ਸਾਡੇ ਕੋਲ ਕੀ ਕਹਿੰਦੇ ਲੇਬਰ ਨਹੀਂ ਗਈ ਕਿ ਆਪਾਂ ਕੀ ਕਹਿੰਦੇ ਆ ਝੋਨਾ ਕਿੱਦਾਂ ਲਾਈਏ ਜਾਂ ਕਣਕ ਕਿੱਦਾਂ ਬੀਜੀਏ ਇਹਨੂੰ ਕੱਟੀਏ ਕਿੱਦਾਂ ਦੇਖ ਲਓ ਕਿਹੜੀ ਗੱਲ ਤੋਂ ਆਪਾਂ ਕਿੱਥੇ ਆ ਗਏ ਸਰ ਫਿਰ ਮਤਲਬ ਇਹ ਮੁੱਦੇ ਨੇ ਜਿਹੜੇ ਸਰਕਾਰ ਨੂੰ ਹਾਈਲਾਈਟ ਇਹਦੇ ਉੱਤੇ ਹਾਈਲਾਈਟ ਕਰਨਾ ਗੌਰ ਫਰਮਾਉਣਾ ਪੈਣਾ ਬਿਲਕੁਲ ਇਹਦੇ ਤੇ ਗੌਰ ਫਰਮਾਉਣਾ ਚਾਹੀਦਾ ਕਿ ਹਾਂ ਅਸੀਂ ਪਹਿਲੀ ਪ੍ਰਾਇੋਰਟੀ ਦੇ ਹਿਸਾਬ ਨਾਲ ਕਿੱਦਾਂ ਕਰ ਲਈ ਅੱਜ ਦਾ ਯੂਥ ਜਿਹੜਾ ਹੈਗਾ ਪਲੱਸ ਟੂ ਕਰਕੇ ਅਸੀਂ ਬਾਹਰ ਚੱਲੇ ਹਾਂ ਕਿਉਂਕਿ ਪਤਾ ਡਿਗਰੀ ਕਰ ਲਈਏ ਜੋ ਮਰਜ਼ੀ ਕਰ ਲਈਏ ਨੌਕਰੀ ਫਿਰ 5-10 ਹਜ਼ਾਰ ਦੀ ਹੈ ਉਹ ਤਾਂ ਹੈ ਬਿਲਕੁਲ ਠੀਕ ਹੈ ਪੈਟਰੋਲ ਦਾ ਰੇਟ ਦੇਖ ਲਓ ਡੀਜ਼ਲ ਦਾ ਰੇਟ ਦੇਖ ਲਓ ਹਰ ਚੀਜ਼ 'ਚ GST ਹਰ ਚੀਜ਼ 'ਚ ਟੈਕਸ ਠੀਕ ਹੈ ਕਮਾਈ ਉਨੀ ਹਾਂਜੀ ਮੈਂ ਉੱਧਰ ਦੇਖ ਰਿਹਾ ਕਿ ਆਪਣਾ ਜਿਹੜਾ ਖਾਸ ਤੌਰ ਦੇ ਉੱਤੇ ਆਪਣੇ ਕੈਮਰਾਮੈਨ ਨੇ I won't disclose his name, but ਸੁਨਿਆਰੇ ਨੇ ਸਮਝ ਗਏ ਹੋ ਸਾਡੇ ਕੈਮਰਾਮੈਨ ਤੁਸੀਂ ਕੈਮਰਾ ਦੇ ਪਿੱਛੇ ਚੰਗੇ ਲੱਗਦੇ ਹੋ ਅੱਗੇ ਨਹੀਂ ਆਉਣਾ ਮੈਂ ਤੁਹਾਡੀ ਗੱਲ ਕਰ ਰਿਹਾ ਠੀਕ ਹੈ ਹੁਣ ਸੁਨਿਆਰੇ ਨੇ ਹੁਣ ਉਹ ਕਹਿ ਰਹੇ ਆ ਕਹਿੰਦੇ ਸਰ ਸੋਨੇ ਦੇ ਉੱਤੇ ਇੰਨਾ ਟੈਕਸ ਹੋ ਗਿਆ ਕਿ ਹੁਣ ਅੱਜ ਦੀ ਡੇਟ ਦੇ ਉੱਤੇ ਸੋਨਾ ਕੋਈ ਖਰੀਦ ਨਹੀਂ ਰਿਹਾ ਨਹੀਂ ਕਹਿੰਦਾ ਸਾਨੂੰ ਤਾਂ ਡਰ ਹੀ ਲੱਗਾ ਰਹਿੰਦਾ ਕਿ ਦੁਕਾਨਾਂ ਖੋਲੀਆਂ ਰੱਖੀਆਂ ਕਿ ਬੰਦ ਕਰੀਆਂ ਬਿਲਕੁਲ ਸਰ ਬਿਲਕੁਲ ਕਿੰਨਾ ਰੇਟ ਹੈਗਾ ਉਦਾਂ ਹੀ 55 ਟੂ 55,000 50 ਤੋਂ ਲੈ ਕੇ 55,000 18 ਕੈਰਟ 22 ਕੈਰਟ 24 ਕੈਰਟ ਠੀਕ ਹੈ ਇਹ ਰੇਟ ਚੱਲਦਾ ਪਿਆ ਤੁਹਾਨੂੰ ਮੈਂ ਕਹਾਂ ਖਰੀਦ ਲਓਗੇ ਔਖਾ ਸਰ ਕਿੱਥੇ ਹੋਣਾ ਕਿਸ਼ਤਾਂ ਕਰਨੀ ਪੈਣੀ ਸਾਨੂੰ ਇਹਦੇ ਚ ਇੱਕ ਹੋਰ ਚੀਜ਼ ਹੈਗੀ ਹੈ ਇੱਕ ਹੋਰ ਸਿਲੀ ਆਈਡੀਆ ਆਇਆ ਸੀਗਾ ਮੈਨੂੰ ਸੋਨੇ ਤੋਂ ਯਾਦ ਆਇਆ ਮੈਂ ਕਵਰ ਕੀਤਾ ਸੀਗਾ ਅਗਲੀ ਵਾਰੀ ਆਪਾਂ ਇਹਨੂੰ ਡਿਸਕਸ ਕਰਾਂਗੇ ਬਟ ਮੈਂ ਦੱਸ ਦਿੰਦਾ ਉਹਨਾਂ ਨੇ ਇਹ ਕਿਹਾ ਸੀਗਾ ਕਿ ਮਾਰਕੀਟ ਦੇ ਵਿੱਚ ਸੋਨਾ 18 ਕੈਰਟ ਦਾ ਹੋ ਜਾਣਾ ਚਾਹੀਦਾ ਬਾਕੀ ਸਾਰਾ ਗੋਲਡ ਰਿਜ਼ਰਵ 'ਤੇ ਜਾਣਾ ਚਾਹੀਦਾ ਅੱਛਾ ਇਹ ਅਗਲੀ ਵਾਰੀ ਕਰਾਂਗੇ ਅੱਛਾ ਅਗਲੀ ਵਾਰ ਚਲੋ ਠੀਕ ਹੈ ਬਟ ਫਿਰ ਵੀ ਕਿਹੜੀ ਗੱਲ ਤੋਂ ਉਹਨਾਂ ਨੇ ਕਿਹਾ ਕਿ ਜੇ ਸਾਰੇ ਬਾਹਰ ਚਲੇ ਗਏ ਜੇ ਵੀਜ਼ੇ ਖੁੱਲ੍ਹ ਗਏ ਤਾਂ ਮੰਨ ਲਓ ਇੱਥੇ ਆਜ਼ਾਦੀ ਕੌਣ ਮਨਾਏਗਾ ਬਟ ਡੈਫੀਨੇਟਲੀ ਇਸ ਸਵਾਲ ਤੋਂ ਕਿੰਨੇ ਅੱਗੇ ਗੱਲਾਂ ਖੁੱਲ੍ਹੀਆਂ ਪਰ ਤੁਸੀਂ ਕੀ ਸੋਚਦੇ ਹੋ ਕਿਉਂਕਿ ਇਹ ਸਵਾਲ ਜਿਹੜਾ ਆਇਆ ਸੀਗਾ ਤੁਹਾਡੇ ਵੱਲੋਂ ਤੁਸੀਂ ਲੋਕਾਂ ਨੇ ਭੇਜਿਆ ਸੀਗਾ ਕਿ ਜੇਕਰ ਵੀਜ਼ੇ ਖੁੱਲ੍ਹ ਜਾਣ ਅੰਗਰੇਜ਼ਾਂ ਨੇ ਵੀਜ਼ੇ ਖੋਲ੍ਹ ਦਿੱਤੇ ਤਾਂ ਫਿਰ ਇੱਥੇ ਆਜ਼ਾਦੀ ਕੌਣ ਮਨਾਏਗਾ ਜੇ ਵੀਜ਼ੇ ਖੁੱਲ੍ਹ ਗਏ ਮੰਨ ਲਓ ਤੁਸੀਂ ਬਾਹਰ ਚਲ ਜਾਓਗੇ ਜਾਂ ਆਪਣੇ ਦੇਸ਼ 'ਚ ਰਹੋਗੇ ਇੰਨਾ ਕੁ ਜਵਾਬ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਸਿਲੀ ਆਈਡੀਆ 'ਚ ਇਹੋ ਜਿਹੇ ਆਈਡੀਆ ਡਿਸਕਸ ਕਰਦੇ ਰਹਾਂਗੇ ਅਗਲਾ ਆਈ ਥਿੰਕ ਸਾਡਾ ਕਲੀਅਰ ਹੋ ਗਿਆ ਵਾ ਕਲੀਅਰ ਹੋ ਗਿਆ ਬਟ ਇੱਥੇ ਆਪਾਂ ਡਿਸਕਸ਼ਨ ਕਰਾਂਗੇ ਨੈਕਸਟ ਟਾਈਮ ਠੀਕ ਹੈ ਜੀ ਦੇਖਦੇ ਹੋ ਸਿਲੀ ਆਈਡੀਆ ਤੇ ਟੀਵੀ ਐਨਰ ਐਂਟਰਟੇਨਮੈਂਟ ਧੰਨਵਾਦ ਜੀ ਸਤਿ ਸ਼੍ਰੀ ਅਕਾਲ An idea is never a silly idea.